सूर वापस चिकट के जाता है, इसलिए आओ वापस ही दुनिया च ना जाइए। इधर कुत्ती कुत्ता अपनी उल्टी नू दोबारा चट लेंदा है, इदा ना करिए, भेड़ दे वांगू अगे वधीए, अली दे पिछे पिछे चलिए। इस परीक्षा चो नंगी है, इस परखे जाने चो नंगी है। कई बार यही ज्ञान लेना चाहते हैं, बाइबल ए बारे जान लिए, वो बारे जान लिए, ये जान लिए, वो जान लिए, सानू वो भी पता चल जाए, वो भी पता चल जाए। बाइबल च लिखा तुहानू सब कुछ पता चल जाए, हर एक भेद की समझ आ जाए, पर तुसीं अंदर प्रेम ना रखो तो तुसीं कुछ भी नहीं। वो प्रेम चोटी का पत्थर, प्रेम कैपस्टोन, प्रेम पावर। तुसीं वचन नूं जान सकते हो बिना पावर दे, पर बिना पावर दे इथों रैप्चर च नहीं जा सकते। ये गल याद रखियो जो मैं कहन। वचन नूं जान के तुसीं ब्राइड का हिस्सा नहीं बनते। नबी कहिंदा परमेश्वर की पावर, खुदा की पावर लोगों नूं ब्राइड के अंदर पाएगी। थोड़ी देर बाद मैं इसे ग्रुप च कोड सेंड करांगा। ये जो मैं कहने याद रखियो, पंजाबी च हिंदी च मैं दो बारी कहांगा ताकि सारे समझन। और मैं खुदा अगर हुण दे शब्दां नूं आंदे ते मेरे भाई जो पाकिस्तान तो भी इसनूं समझन। नबी कहिंदा खुदा की पावर लोगों नूं ब्राइड दे अंदर लैके जाएगी। ताडा बाइबल जानना नहीं, ਤੁਸੀਂ ਕਿੰਨੇ ਪੁਰਾਣੇ ਹੋ ਇਹਦੇ ਨਾਲ ਨੀ, ਤੁਸੀਂ ਪਾਸਟਰ ਹੋ ਮੈਸੇਜ ਦੇ ਚਰਚ ਦੇ ਇਹਦੇ ਨਾਲ ਨਹੀਂ, ਤੁਸੀਂ ਡੀਕਨ ਹੋ ਇਹਦੇ ਨਾਲ ਨਹੀਂ, ਤੁਸੀਂ ਦਾਨ ਦਿੰਦੇ ਹੋ ਇਹਦੇ ਨਾਲ ਨਹੀਂ, ਸਾਡੇ ਘਰ ਮੈਸੇਜ ਦਾ ਢੇਰ ਪਿਆ ਇਹਦੇ ਨਾਲ ਨਹੀਂ, ਵਾਲਪੇਪਰ ਆਉਂਦੇ ਤੁਸੀਂ ਨਬੀ ਦਾ ਸ਼ੇਅਰ ਕਰ ਲੈਂਦੇ ਹੋ ਇਹਦੇ ਨਾਲ ਨਹੀਂ। ਮੈਂ ਇਹਦੇ ਖਿਲਾਫ ਨਹੀਂ ਹਾਂ, ਮੈਂ ਵੀ ਕਰਨਾ ਹੈ, ਪਰ ਸਭ ਕੁਛ ਇਹ ਨਹੀਂ ਹੈ। ਪਾਵਰ ਪਾਵਰ ਕਦੋਂ ਆਏਗੀ? ਜਦੋਂ ਟੈਸਟ ਚੋਂ ਲੰਘਾਂਗੇ, ਜਦੋਂ ਕਰੈਕਟਰ ਹੋਏਗਾ ਪਾਵਰ ਫਿਰ ਮਿਲਦੀ ਹੈ। ਪਾਵਰ ਉਦੋਂ ਮਿਲਦੀ ਆ ਜਦੋਂ ਕਰੈਕਟਰ ਬਣੇਗਾ। ਉਹ ਕਰੈਕਟਰ ਕਦੋਂ ਬਣਦਾ ਆ? ਜਦੋਂ ਇਹ ਪ੍ਰੀਖਿਆ ਚੋਂ ਲੰਘੀਏ। ਉਹ ਪ੍ਰੀਖਿਆ ਚੋਂ ਲੰਘਣਾ ਆ ਤਾਂ ਕਲਾਮ ਨਾਲ ਰਹਿਣਾ ਪੈਣਾ ਹੈ, ਪ੍ਰੀਖਿਆ ਚੋਂ ਲੰਘਣਾ ਆ ਤੇ ਕਲਾਮ ਨੂੰ ਜੀਣਾ ਪੈਣਾ ਹੈ, ਪ੍ਰੀਖਿਆ ਚੋਂ ਲੰਘਣਾ ਆ ਤੇ ਤੁਹਾਨੂੰ ਹੋਰ ਨੰਬਰ ਹੋਣਾ ਪੈਣਾ, ਦੀਨ ਹੋਣਾ ਪੈਣਾ, ਝੁਕਣਾ ਪੈਣਾ। ਅਸੀਂ ਆਓ ਉੱਪਰ ਹੋਈਏ ਸਾਰਿਆਂ ਨੂੰ ਪ੍ਰੇਜ਼ ਲਾਰਡ ਜੈਮਸੀ ਦੀ। ਔਰ ਇਹੀ ਔਰ ਆਖਰੀ ਪ੍ਰਾਰਥਨਾ ਕਰਨੀ ਅਸੀਂ, ਫਿਰ ਆਪਾਂ ਬੰਦ ਕਰਨੇ ਆ। ਨੈਟਵਰਕ ਦੀ ਪ੍ਰੋਬਲਮ ਦੀ ਵਜ੍ਹਾ ਨਾਲ ਮੈਂ ਚਾਹੁੰਦਾ ਇੱਕ ਛੋਟਾ ਹੀ ਮੈਸੇਜ ਹੋਏ। ਸਾਰੇ ਅਸੀਂ ਅੱਖਾਂ ਬੰਦ ਕਰੀਏ ਔਰ ਆਪਣੇ ਆਪ ਨੂੰ ਖੁਦਾ ਦੇ ਅੱਗੇ ਰੱਖੀਏ। ਔਰ ਮੇਰੇ ਸਵਰਗੀ ਪਿਤਾ, ਤੇਰੇ ਹੀ ਨਾਮ ਨੂੰ ਮਹਿਮਾ। ਜੋ ਗੱਲਬਾਤ ਹੋਈ ਮੇਰੇ ਪਿਤਾ, ਅਸੀਂ ਜਾਣਦੇ ਪ੍ਰਭੂ, ਮੈਂ ਨਹੀਂ ਜਾਣਦਾ ਪ੍ਰਭੂ ਕਿ ਪਹੁੰਚ ਕੇ ਵਧੀਆ ਤਰੀਕੇ ਨਾਲ ਕਿਹਨੂੰ ਸਾਫ਼ ਪਤਾ ਚੱਲਿਆ, ਕਿਹਨੂੰ ਨਹੀਂ ਪਤਾ ਚੱਲਿਆ। ਹੁਣ ਦੇ ਜਿੰਨਾ ਵੀ ਜਿਹਨੂੰ ਸੁਣਿਆ ਮੇਰੇ ਪਿਤਾ, ਹੁਣ ਦੇ ਉਹਨਾਂ ਦੇ ਅੰਦਰ ਰਹੇ ਪ੍ਰਭੂ, ਕੋਈ ਪ੍ਰਭੂ ਸ਼ੈਤਾਨ ਨਾ ਆਏ ਔਰ ਉਹਨੂੰ ਚੁੱਕੇ ਨਾ ਲੈ ਕੇ ਜਾਏ। ਤੇਰਾ ਵਚਨ ਬੀਜ, ਤੇਰਾ ਕਲਾਮ ਦਾ ਬੀਜ ਉਹਨਾਂ ਦੇ ਅੰਦਰ ਰਹੇ ਔਰ ਤੇਰੇ ਰੂਹ ਕੁਦਰਤ ਦੀ ਬਾਰਿਸ਼ ਹੋਤੇ ਹੋਏ ਔਰ ਫਲਵੰਤ ਹੋਏ ਮੇਰੇ ਪਿਤਾ। ਆਪਣੇ ਬੱਚਿਆਂ ਨੂੰ ਪਾਵਰ ਦੇ ਮੇਰੇ ਪਿਤਾ, ਆਪਣੇ ਬੱਚੇ ਨੂੰ ਕਰੈਕਟਰ ਚ ਬਣਾ ਮੇਰੇ ਪਿਤਾ। ਤੂੰ ਦਇਆ ਕਰਦੇ ਸਾਰੀ ਹਿਮਾਇਤ ਮੱਤੇ ਨੂੰ ਪ੍ਰਾਰਥਨਾ ਯੇਸ਼ੂ ਮਸੀਹ ਦੇ ਪਵਿੱਤਰ ਤੇ ਜਲਾਲੀ ਨਾਮ ਚ ਮੰਗਦੇ ਹਾਂ। Avinash, God bless you. Abhi haath utha lo. ਸਾਹਿਬ ਕੋ
कैमरा कर रहे हैं।